ਅੱਛਾ, ਇੱਥੇ ਆਪਾਂ ਹੁਣ ਦੇਖਦੇ ਹਾਂ ਕਿ ਇੱਕ ਆਪਣੇ ਕੋਲ ਸੈਂਪਲ ਕਾਰਪਸ ਆ, ਉਹਦੇ ਉੱਤੇ ਆਪਾਂ ਗੁੱਡ ਟੀਅਰਿੰਗ ਐਲਗੋਰਿਥਮ ਅਪਲਾਈ ਕਰਦੇ ਹਾਂ। ਉਸ ਸੈਂਪਲ ਕਾਰਪਸ ਦਾ ਪਹਿਲੇ ਕਹਿ ਲਓ ਕਿ ਆ ਨੋਰਮਲ ਸੀ ਹੈਗਾ ਕਿ ਉਹਦੇ ਵਿੱਚ ਇੰਨੇ ਵਰਡ ਸੀਗੇ ਜਿਹੜੇ ਬਿਲਕੁਲ ਅਪੀਅਰ ਨਹੀਂ ਹੋਏ ਨਾ, 0 ਟਾਈਮ ਅਪੀਅਰ ਹੋਏ ਆ, ਅਤੇ ਇੰਨੇ ਵਰਡ ਵਰਡ ਦਾ ਜਿਹੜੇ 1 ਟਾਈਮ ਅਪੀਅਰ ਹੋਏ ਆ, ਇੰਨੇ 2 ਟਾਈਮ, 3 ਟਾਈਮ, 4 ਟਾਈਮ, 6 ਟਾਈਮ। ਹੁਣ ਆਪਾਂ ਕਰਨਾ ਕੀ, ਆਪਾਂ ਕਰਨਾ ਚਾਹੁੰਦੇ ਹਾਂ ਕਿ ਜਿਹੜੇ 0 ਨੂੰ ਆਪਾਂ ਨੌਨ ਜ਼ੀਰੋ ਕਰਨਾ ਚਾਹੁੰਦੇ ਹਾਂ, ਤੇ ਉਹ ਨੌਨ ਜ਼ੀਰੋ ਜਦੋਂ ਕਰਾਂਗੇ ਤਾਂ ਕੁਛ ਜਿਹੜੀ ਪ੍ਰੋਬਿਲਿਟੀ ਹੈਗੀ ਆ ਉਹ ਇਹਦੇ ਵਿੱਚ ਐਡ ਹੋ ਜਾਊਗੀ, ਤੇ ਟੋਟਲ ਪ੍ਰੋਬਿਲਿਟੀ 1 ਤੋਂ ਐਕਸੀਡ ਕਰ ਜਾਊਗੀ। ਇਸ ਲਈ ਆਪਾਂ ਜਿਹੜੇ 1 2 ਇਹਨੂੰ ਥੋੜ੍ਹਾ ਥੋੜ੍ਹਾ ਆਪਾਂ ਡਿਕਰੀਜ਼ ਕਰਨਾ, ਤੇ ਉਹ ਆਪਾਂ ਫਾਰਮੂਲਾ ਅਪਲਾਈ ਕੀਤਾ ਜਿਹੜਾ ਪਹਿਲੇ ਆਪਾਂ ਫਾਰਮੂਲਾ ਦੇਖਿਆ ਸੀਗਾ, ਉਹ ਜਦੋਂ ਅਪਲਾਈ ਕੀਤਾ ਆਪਾਂ ਨਵਾਂ ਸੀ ਕੈਲਕੂਲੇਟ ਕੀਤਾ, ਦੈਟਸ ਕਾਲਡ ਸੀ ਸਟਾਰ, ਤੇ ਸੀ ਸਟਾਰ ਨਾਲ ਦੇਖੋ ਹੁਣ 0 9 0 ਹੋ ਗਿਆ, ਜਿਹੜਾ 1 ਸੀਗਾ ਉਹ 0.446 ਹੋ ਗਿਆ, 2 ਜਿਹੜਾ ਸੀਗਾ 1.26 ਹੋ ਗਿਆ, ਇਹਦੀ ਜਿਹੜਾ 6 ਸੀਗਾ ਉਹ 5.19 ਹੋ ਗਿਆ। ਤੇ ਇਹਦੀ ਇੱਕ ਆ ਹੋਰ ਕਹਿ ਲਓ ਕਿ ਇੱਕ ਉਹਦੀ ਐਗਜ਼ਾਮਪਲ ਹੈਗੀ ਹੈ ਕਿ ਕਿੱਦਾਂ ਜਿਹੜਾ ਨਵਾਂ ਆਪਾਂ ਸੀ ਕੈਲਕੂਲੇਟ ਕੀਤਾ, 6 ਦਾ 4.5 ਹੋ ਗਿਆ, 5 ਦਾ 3.7 ਹੋ ਗਿਆ। ਤੇ ਤੁਹਾਨੂੰ ਯਾਦ ਆ ਆਪਾਂ ਇੱਕ ਫਾਰਮੂਲਾ ਯੂਜ਼ ਕੀਤਾ ਸੀਗਾ, ਉਹੀ ਫਾਰਮੂਲਾ ਇੱਥੇ ਅਪਲਾਈ ਕੀਤਾ ਹੋਇਆ। ਆਪਾਂ ਫਾਰਮੂਲਾ ਲਾ ਕੇ ਦੇਖ ਲੈਂਦੇ ਹਾਂ, ਫਾਰਮੂਲਾ ਭਲਾ ਕੀ ਸੀਗਾ, ਸੀ ਸਟਾਰ ਇਜ਼ ਇਕੁਅਲ ਟੂ ਸੀ ਪਲੱਸ 1 ਤੇ ਇੰਟੂ ਐਨ ਸੀ ਪਲੱਸ 1 ਡਿਵਾਈਡ ਬਾਈ ਐਨ ਸੀ। ਤੇ ਹੁਣ ਇੱਥੇ ਕੋਈ ਇੱਕ, ਚਲੋ ਆਹ ਦੇਖਦੇ ਹਾਂ ਕਿ ਆ 5 ਹੈਗਾ ਤੇ ਉਹਨੂੰ ਨਵਾਂ 5 ਉਹਦਾ ਸੀ 5 ਹੈਗਾ ਤੇ ਸੀ ਸਟਾਰ ਦਾ ਕੈਲਕੂਲੇਟ ਕਰਨਾ, 5 ਸੀ ਆ ਤੇ ਸੀ ਸਟਾਰ ਕੀ ਹੋਊਗਾ, ਸੀ ਪਲੱਸ 1 6 ਹੋ ਗਿਆ, 6 ਇੰਟੂ ਐਨ ਸੀ ਕਿੰਨਾ ਹੈਗਾ, ਐਨ ਸੀ ਹੈਗਾ ਆ 68,379, 6837,9, ਤੇ ਐਨ ਸੀ ਪਲੱਸ 1 ਥੱਲੇ ਵਾਲਾ ਐਨ ਸੀ ਕਿੰਨਾ ਹੋਊਗਾ, ਉਹ ਹੈਗਾ 4,81,90 ਡਿਵਾਈਡ ਬਾਈ ਐਨ ਸੀ, ਸੀ 5 ਸੀ ਨਾ, ਐਨ ਸੀ ਕਿੰਨਾ 5 ਵਾਲਾ, 6837,9, 6837,9 ਭਾਈ। ਇਹ ਆਪਾਂ ਆਪਣੇ ਕੋਲ ਕੰਪਿਊਟੇਸ਼ਨ ਆ ਗਈ, ਇੱਕ ਅਮਾਊਂਟ ਆ ਗਈ, ਇਹਨੂੰ ਆਪਾਂ ਕੰਪਿਊਟ ਕਰ ਲੈਂਦੇ ਹਾਂ, ਇੱਥੇ ਪੁੱਟ ਕਰਦੇ ਹਾਂ ਤੇ ਆਪਣੇ ਕੋਲ ਆਂਸਰ ਆ ਗਿਆ, ਉਹ ਆਇਆ 4.22 ਅਤੇ 4.22। ਇਹਦੀ ਸਾਰੀਆਂ ਵੈਲਿਊ ਜਿਹੜੀਆਂ ਹੈਗੀਆਂ ਇਹਦੀ ਕੰਪਿਊਟ ਕੀਤੀਆਂ ਹੋਈਆਂ।